ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਕ ਡਾਕਟਰ ਵਿਜੇ ਸਤਵੀਰ ਸਿੰਘ ਸਾਬਕਾ ਆਈਏਐਸ ਨੇ ਦੱਸਿਆ ਕਿ ਤਖ਼ਤ ਸਾਹਿਬ ਵਿਖੇ 12 ਸਿੱਖ ਜੋੜਨ ਦਾ ਸਮੂਹਿਕ ਵਿਆਹ ਕਰਵਾਇਆ ਗਿਆ। ਉਹਨਾਂ ਇਹ ਵੀ ਕਿਹਾ ਕਿ ਤਖ਼ਤ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਨਾਮ ਉੱਤੇ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸਿੱਖ ਜੋੜਿਆਂ ਦੇ ਵਿਆਹ ਕਰਵਾਏ ਜਾਣਗੇ। ਉਹਨਾਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਤਖ਼ਤ ਸਾਹਿਬ ਉੱਤੇ ਸਮੂਹਿਕ ਵਿਆਹ ਦੀ ਯੋਜਨਾ ਵਿੱਚ ਸ਼ਮੂਲੀਅਤ ਕਰੇ। ਇਸ ਦੇ ਨਾਲ ਹੀ ਉਹਨਾਂ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਵੀ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ। ਅੱਜ ਇੱਥੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਅਸੀਂ ਇੱਕ ਕਮਿਊਨਿਟੀ ਮੈਰਿਜਸ ਦਾ ਪ੍ਰੋਗਰਾਮ ਅੱਜ ਇੱਥੇ ਅਸੀਂ ਔਰਗੇਨਾਈਜ਼ ਕੀਤਾ। ਇਸ ਸਕੀਮ ਦੇ ਤਹਿਤ ਤਕਰੀਬਨ 12 ਸਿੱਖ ਜੋੜਿਆਂ ਦੀ ਮੈਰਿਜ ਗੁਰਮਰਿਆਦਾ ਅਨੁਸਾਰ ਔਰ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਦਿਆਂ ਹੋਇਆਂ ਪੂਰੀ ਹੋਈ ਹੈ। ਹੁਣ ਤੋਂ ਅੱਗੇ ਜੋ ਮੈਰਿਜਸ ਹੋਣਗੀਆਂ ਉਹਨਾਂ ਵਾਸਤੇ ਇਸ ਸਕੀਮ ਦਾ ਵੀ ਨਾਂ ਅਸੀਂ ਬਦਲ ਕੇ ਮਾਤਾ ਸਾਹਿਬ ਕੌਰ ਜੀ ਦੇ ਨਾਂ ਉੱਪਰ ਰੱਖ ਰਹੇ ਹਾਂ। ਮੇਰੀ ਸੰਗਤ ਨੂੰ ਅਪੀਲ ਹੈ ਕਿ ਵੱਧ ਚੜ੍ਹ ਕੇ ਇਹ ਜੋ ਯੋਜਨਾ ਹੈ ਸਾਡੀ ਸਮੂਹਿਕ ਵਿਆਹ ਦੀ ਯੋਜਨਾ ਉਹਦੇ ਵਿੱਚ ਤੁਸੀਂ ਪਾਰਟੀਸਪੇਟ ਕਰੋ। ਦੇਸ਼ ਵਿਦੇਸ਼ ਤੋਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਜੋ ਸਿੱਖ ਸ਼ਰਧਾਲੂ ਨੇ ਉਹ ਇਸ ਅਵਸਰ ਉੱਪਰ ਇੱਥੇ ਪਹੁੰਚਣਗੇ ਅਤੇ ਉਹਨਾਂ ਵਿੱਚੋਂ ਕਈ ਜੋ ਲੋਕ ਨੇ ਉਹ ਇਸ ਦਾ ਫਾਇਦਾ ਵੀ ਉਠਾਉਣਗੇ ਔਰ ਇਸ ਪਵਿੱਤਰ ਧਰਤੀ ਉੱਪਰ ਸ਼ਾਦੀ ਦੀ ਜੋ ਰਸਮ ਹੈ ਉਹ ਗੁਰਮਰਿਆਦਾ ਮੁਤਾਬਕ ਪੂਰੀ ਕਰਨਗੇ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਆਨੰਦ ਕਾਰਜ ਐਕਟ ਜੋ ਕਿ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ, ਉਸ ਦੇ ਤਹਿਤ ਰਾਜ ਸਰਕਾਰ ਮਹਾਰਾਸ਼ਟਰ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਰੂਲਸ ਬਣਾ ਕੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਇਸ ਵਾਸਤੇ ਵੀ ਅਸੀਂ ਗੁਰਦੁਆਰਾ ਮੈਨੇਜਮੈਂਟ ਵੱਲੋਂ ਜੋ ਵੀ ਕੋਸ਼ਿਸ਼ ਹੈ ਉਹ ਅਸੀਂ ਜ਼ਰੂਰ ਕਰਾਂਗੇ। ਅੱਜ 12 ਮਈ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਗੁਰਦੁਆਰਾ ਬੋਰਡ ਵੱਲੋਂ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ, ਸਿੰਘ ਸਾਹਿਬ ਭਾਈ ਰਾਮ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ, ਸਾਡੇ ਅਤਿ ਸਤਿਕਾਰਯੋਗ ਡਾਕਟਰ ਵਿਜੇ ਸਤਵੀਰ ਸਿੰਘ ਜੀ ਜਿਹੜੇ ਇੱਥੋਂ ਦੇ ਮੁੱਖ ਪ੍ਰਬੰਧਕ ਨੇ, ਉਹਨਾਂ ਸਾਰਿਆਂ ਵੱਲੋਂ ਮੈਂ ਜਿਹੜੇ ਅੱਜ ਵਿਆਹ ਕਾਰਜ ਹੋਏ ਹਨ ਜਿਹਨਾਂ ਨੂੰ ਸਮੂਹਿਕ ਵਿਆਹ ਮਲਾਵਾ ਕਹਿੰਦੇ ਹਨ ਉਹਨਾਂ ਦੀਆਂ ਵਧਾਈਆਂ ਦਿੰਦਾ ਹਾਂ। ਔਰ ਸਭ ਤੋਂ ਵੱਡੀ ਚੀਜ਼ ਹੈ ਮੈਂ ਕਹਾਂਗਾ ਕਿ ਦੁਨੀਆ ਭਰ ਦੇ ਸਿੱਖ ਭਾਈਚਾਰਾ ਜਿੱਥੇ ਵੱਸਦਾ ਇਸ ਸਮੇਂ ਵਿਆਹ ਜਿੰਨਾ ਇੱਕ ਪਵਿੱਤਰ ਅਤੇ ਸਮਾਜਿਕ ਕਾਰਜ ਹੈ, ਖੁਸ਼ੀਆਂ ਵਾਲਾ ਕਾਰਜ ਹੈ, ਉਹਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਖਰਚੇ ਕਈ ਬੇਲੋੜੇ ਉਹਦੇ ਨਾਲ ਜੁੜ ਗਏ ਹਨ ਅਤੇ ਕਈ ਪਰਿਵਾਰ ਜਿਹੜੇ ਨੇ ਸਾਡੇ ਆਰਥਿਕ ਪੱਖੋਂ ਕਮਜ਼ੋਰ ਕਹਿ ਲਓ ਜਾਂ ਜਿਹੜੇ ਥੋੜ੍ਹੇ ਚਾਹੀਦੇ ਵੀ ਨੇ ਉਹ ਦੇਖਾ ਦੇਖੀ ਖਰਚੇ ਇੰਨੇ ਕਰ ਲੈਂਦੇ ਨੇ ਕਿ ਉਹ ਕਈ ਸਾਲ ਫਿਰ ਅਗਲੀ ਪੀੜ੍ਹੀ ਤੱਕ ਉਹਨਾਂ ਕਰਜ਼ਾ ਲਾਉਂਦੇ ਹਨ।
ਲੱਗ ਜਾਂਦੇ ਅਸੀਂ ਆਪਣੇ ਆਸ ਪਾਸ ਨਿਗਾਹ ਮਾਰੀਏ ਸਾਨੂੰ ਇੱਦਾਂ ਦੇ ਕਈ ਪਰਿਵਾਰ ਮਿਲ ਜਾਂਦੇ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਹਜ਼ੂਰ ਸਾਹਿਬ ਜਿਹੜਾ ਹੈ ਇੱਥੇ ਪੂਰਨ ਗੁਰਮਰਿਆਦਾ ਦੇ ਅਨੁਸਾਰ ਸਿੰਘ ਸਾਹਿਬ ਸ਼ਾਮਿਲ ਹੁੰਦੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਫੇਰੇ ਹੁੰਦੇ ਹਨ, ਸਿੱਖੀ ਧੁਰੇ ਦੀ ਪਹਿਚਾਣ ਜਿਹੜੀ ਆ ਅੰਮ੍ਰਿਤ ਧਾਰੀ ਹੁੰਦੇ ਹਨ ਲਾੜੇ ਅਤੇ ਲਾੜੀ ਦੋਵੇਂ ਵਿਆਹ ਤੋਂ ਪਹਿਲਾਂ। ਇਹ ਜਿਹੜੀਆਂ ਪਰੰਪਰਾਵਾਂ ਨੇ ਇੱਥੇ ਇਹ ਸਤਿਗੁਰਾਂ ਦੀਆਂ ਬਖਸ਼ੀਆਂ ਅੱਜ ਨਿਰੰਤਰ ਸਦੀਆਂ ਤੋਂ ਨਿਭ ਰਹੀਆਂ, ਔਰ ਇੱਥੇ ਜੋ ਵੀ ਪ੍ਰਬੰਧ ਆ ਚਾਹੇ ਉਹ ਲੰਗਰ ਦਾ ਵਾ ਟੈਂਟ ਦਾ ਵਾ ਜਿੰਨੇ ਵੀ ਇਸ ਤਰ੍ਹਾਂ ਜੁੜੇ ਪ੍ਰਬੰਧ ਨੇ ਵਿਆਹ ਦੇ ਨਾਲ, ਮੈਂ ਤਾਂ ਕਹਿੰਦਾ ਬੈਂਡ ਵਾਜਾ ਵੀ ਵਜਾਉਂਦੇ ਆ, ਇੱਕ ਸ਼ਾਹੀ ਤਰੀਕੇ ਨਾਲ ਜਿਹੜੇ ਉਹ ਤਖ਼ਤ ਸਾਹਿਬ ਨੂੰ ਲੈ ਕੇ ਜਾਈਦਾ, ਉੱਥੇ ਫਿਰ ਸਗਾਈ ਦੀ ਰਸਮ ਹੁੰਦੀ ਆ, ਦੂਜੇ ਦਿਨ ਉੱਥੇ ਸਿਹਰੇ ਬੰਨਦੇ ਨੇ ਫਿਰ ਲੈ ਕੇ ਆਉਂਦੇ, ਇਹ ਸਾਰਾ ਖੁਸ਼ੀਆਂ ਨਾਲ ਮਨਾਇਆ ਜਾਂਦਾ, ਖੁਸ਼ੀਆਂ ਦਾ ਜਿਹੜਾ ਪ੍ਰੋਗਰਾਮ ਹੈ ਵਿਆਹ ਦਾ। ਕਦੀ ਮਹਿਸੂਸ ਨਹੀਂ ਹੁੰਦਾ ਸਿੱਖ ਨੂੰ ਵੀ ਬਈ ਮੇਰੇ ਬੱਚੇ ਦਾ ਵਿਆਹ ਅਤੇ ਉੱਥੇ ਖੁਸ਼ੀ ਨਹੀਂ ਮਨਾਈ, ਬੈਂਡ ਵਾਜਾ ਨਹੀਂ ਹੋਇਆ, ਇੱਕ ਵਧੀਆ ਤਰੀਕੇ ਦੇ ਨਾਲ। ਸਭ ਤੋਂ ਵੱਡੀ ਚੀਜ਼ ਹੈ ਜਿਹੜੇ ਸਾਰੇ ਪ੍ਰਬੰਧ ਨੇ ਜਿਨ੍ਹਾਂ 'ਤੇ ਖਰਚਾ ਕਰ ਰਹੇ ਹਾਂ, ਅੱਜ ਕੱਲ੍ਹ ਜ਼ਿਆਦਾ ਹੋ ਰਿਹਾ ਮੈਂ ਕਹਾਂਗਾ ਖਰਚਾ, ਅਤੇ ਖੁਸ਼ੀਆਂ ਦੇ ਕੰਮ 'ਚ ਕਰਨਾ ਚਾਹੀਦਾ ਜਿਹੜਾ ਕਰ ਸਕੇ। ਲੇਕਿਨ ਜਿਹੜੇ ਪਰਿਵਾਰ ਨਹੀਂ ਕਰ ਸਕਦੇ ਜਾਂ ਇਹ ਪੈਸਾ ਅਸੀਂ ਹੋਰ ਪਾਸੇ ਵੀ ਆਪਣੇ ਬੱਚਿਆਂ ਦੇ ਫਿਊਚਰ 'ਤੇ ਵੀ ਲਾ ਸਕਦੇ, ਉਹਨਾਂ ਦਾ ਫਿਊਚਰ ਨਿਰਮਾਣ ਕਰਨ ਅਤੇ ਭਵਿੱਖ ਲਈ ਵੀ ਅਸੀਂ ਜਿਹੜੇ ਲਾ ਸਕਦੇ, ਉਹ ਇੱਥੇ ਆਉਣ। ਇੱਥੇ ਲੰਗਰ ਦਾ ਪ੍ਰਬੰਧ ਹੈ ਉਹ ਵਧੀਆ ਉੱਤਮ ਹੈ, ਤਿੰਨ ਟਾਈਮ ਜਿਹੜਾ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦਾ ਖਾਣਾ ਸਿਖਾਈ ਜਾਂਦੇ ਨੇ, ਸ਼ਾਮ ਦਾ ਖਾਣਾ ਵੱਖਰਾ ਵੱਖਰਾ ਮੀਨੂ, ਫਿਰ ਅਗਲੇ ਦਿਨ ਦਾ, ਫਿਰ ਉੱਥੇ ਬੜੀ ਰੌਣਕ ਹੁੰਦੀ ਆ। ਆਪਣੇ ਵਿਆਹ ਦੇ ਵਿੱਚ ਆਪਣੇ ਰਿਸ਼ਤੇਦਾਰ ਆਉਂਦੇ ਆ, ਇੱਥੇ ਜਦੋਂ ਮੈਂ ਕਹਿੰਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਆਉਂਦੇ, ਅਤੇ ਇੱਦਾਂ ਦਾ ਵੀ ਸਮਾਜ ਤੁਹਾਡੇ ਵਿਆਹ 'ਚ ਸ਼ਾਮਿਲ ਹੁੰਦਾ। ਆਪਾਂ ਇੱਥੇ ਮੈਂ ਸਾਰਿਆਂ ਨੂੰ ਸੱਦਾ ਦਿੰਦਾ, ਚਾਹੇ ਉਹ ਪੰਜਾਬ ਆ ਦਿੱਲੀ ਹੈ, ਗੁਰੂ ਨੂੰ ਸਮਰਪਿਤ ਹੋਈਏ ਅਤੇ ਆਪਣੇ ਬੱਚਿਆਂ ਦੇ ਵਿਆਹ ਕਾਰਜ ਜਿਹੜੇ ਆ ਨਾ ਹਜ਼ੂਰ ਸਾਹਿਬ ਕਰਕੇ ਕਰੀ, ਉਹ ਵੀ ਆਪਣਾ ਜਿਹੜਾ ਆਨੰਦ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਆਪਾਂ ਲਈਏ। ਇਹ 'ਚ ਬਹੁਤ ਕੁਝ ਸਾਡੇ ਕੌਮ ਨੂੰ ਨਵੀਂ ਸੇਧ ਮਿਲੇਗੀ, ਖਰਚੇ ਬਚਣਗੇ, ਸਾਂਝਾ ਲੰਗਰ ਜਿੱਥੇ ਪੱਕਦਾ ਨਾ ਉੱਥੇ ਬਹੁਤ ਸਾਰੇ ਖਰਚੇ ਬਚਦੇ ਨੇ, ਕਈ ਪਰਿਵਾਰਾਂ ਨੂੰ ਰਾਹਤ ਮਿਲੇਗੀ, ਔਰ ਇਹਦੇ ਨਾਲ ਇੱਕ ਬੜੀ ਨਵੀਂ ਰੀਤ ਜਿਹੜੀ ਹੈ, ਨਵੀਂ ਪਰੰਪਰਾ, ਇੱਕ ਸੰਦੇਸ਼ ਜਿੱਦਾਂ ਹਜ਼ੂਰ ਸੱਚੇ ਪਾਤ ਨੇ ਗੁਰੂ ਗ੍ਰੰਥ ਸਾਹਿਬ ਉੱਤੇ ਗੁਰਤਾ ਗਤੀ ਦਿੱਤੀ, ਇੱਥੋਂ ਹੀ ਸੰਦੇਸ਼ ਜਾਵੇ ਕਿ ਲੋਕ। ਮੈਂ ਕਹਿੰਦਾ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਇੱਥੇ ਆਓ, ਦੇਖੋ ਵਿਆਹਾਂ, ਹੁਣ ਦਸੰਬਰ ਦੇ ਵਿੱਚ ਫਿਰ ਹੋਣਾ, ਸਾਲ 'ਚ ਦੋ ਵਾਰੀ ਹੁੰਦਾ, ਆਓ ਇੱਥੇ ਆਪਣੇ ਬੱਚਿਆਂ ਦੇ ਜਿਹੜੇ ਉਹ ਕਰੋ, ਸਾਰਾ ਜਿਹੜਾ ਪ੍ਰਬੰਧ ਆ ਉਹ ਗੁਰਦੁਆਰਾ ਬੋਰਡ ਵੱਲੋਂ ਕੀਤਾ ਜਾਂਦਾ, ਆਓ ਇਸ ਤਰ੍ਹਾਂ ਦੇ ਸਦਭਾਵਨਾ ਵਾਲੇ ਜਿਹੜੇ ਪ੍ਰੋਗਰਾਮ ਨੇ ਉਹਨਾਂ 'ਚ ਸ਼ਾਮਿਲ ਹੋਈਏ, ਸਤਿਗੁਰੂ ਸਭਨਾਂ ਨੂੰ ਰਹਿਮਤਾਂ ਬਖਸ਼ਣ, ਖੁਸ਼ੀਆਂ ਬਖਸ਼ਣ।